ਕੈਲੀਫੋਰਨੀਆ ਤੋਂ ਅਸੀਂ ਢਿੱਲੋਂਵਾਲ ਦੀ ਕੰਪੇਨ 'ਤੇ ਆਏ ਹਾਂ। ਪਹਿਲਾਂ ਅਸੀਂ ਭਗਵੰਤ ਮਾਨ ਨੂੰ ਦੇਖ ਲਿਆ, ਐੱਨ ਆਰ ਆਈ ਬੰਦੇ ਨੇ ਬਹੁਤ ਜ਼ਿਆਦਾ ਪੈਸਾ ਭੇਜਿਆ, ਉਹਨੇ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਸਾਨੂੰ ਐੱਨ ਆਰ ਆਈ ਬੰਦਿਆਂ ਨੂੰ। ਅਸੀਂ ਦੇਖਦੇ ਹੋਏ ਕੇਵਲ ਸਿੰਘ ਢਿੱਲੋਂ ਵਧੀਆ ਸੁਲਝੇ ਵਾਲਾ ਇਨਸਾਨ ਆ, ਅਤੇ ਅਸੀਂ ਲੋਕਾਂ ਨੂੰ ਅਪੀਲ ਕਰ ਲਏ ਹਾਂ ਵੀ ਕੇਵਲ ਸਿੰਘ ਢਿੱਲੋਂ ਨੂੰ ਜਿਤਾਓ, ਕਿਉਂਕਿ ਇਲਾਕੇ ਦਾ ਵਿਕਾਸ ਹੋਵੇ। ਪ੍ਰਕਾਸ਼ ਪੁਰਖ ਦੇ ਨਾਂ 'ਤੇ ਜਾਣਿਆ ਜਾਂਦਾ ਕੇਵਲ ਢਿੱਲੋਂ ਬਰਨਾਲੇ ਦਾ, ਇਹਨੇ ਬਹੁਤ ਵਧੀਆ ਵਿਕਾਸ ਕੀਤਾ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕੇਵਲ ਢਿੱਲੋਂ ਨੂੰ ਵੋਟਾਂ ਪਾਓ। ਇੱਕ ਬੀਨੜਾ ਪਿੰਡ ਇਹਨਾਂ ਨੇ ਗੋਦ ਲਿੱਤਾ ਸੀ ਭਗਵੰਤ ਮਾਨ ਜੀ ਨੇ, ਉਹਦੇ ਬਾਰੇ ਤੁਸੀਂ ਉੱਥੇ ਵਿਜਿਟ ਕੀਤਾ, ਉੱਥੇ ਕੀ ਹਾਲ ਆ ਇਸ ਟਾਈਮ? ਅਸੀਂ ਅੱਜ ਬੀਨੜਾ ਪਿੰਡ ਗਏ ਸੀਗੇ, ਅਸੀਂ ਦੇਖ ਕੇ ਆਏ ਹਾਂ ਗੋਦ ਲਿਆ ਸੀ ਪਿੰਡ ਉਹ, ਅਤੇ ਉੱਥੇ ਬੁਰਾ ਹਾਲ ਆ, ਉੱਥੇ ਕੁਛ ਡਿਵੈਲਪਮੈਂਟ ਨਹੀਂ ਹੋਈ। ਉੱਥੋਂ ਦੇ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ, ਸਾਨੂੰ ਦਿਖਾਇਆ ਇਕੱਲੇ ਇਕੱਲੇ ਪਿੰਡ ਜਾ ਕੇ ਵੀ ਆਹ ਦੇਖੋ ਜੀ ਪਿੰਡ ਦਾ ਹਾਲ ਆ, ਇਹ ਸਾਡਾ ਪਿੰਡ ਗੋਦ ਲਿਆ ਸੀ ਉਹਨੇ। ਅੱਜ ਜਿੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਸ਼ਿਵਪੁਰੀ ਮਹੱਲੇ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ, ਮੇਰੀਆਂ ਮਾਤਾ ਅਤੇ ਮੇਰੀਆਂ ਭੈਣਾਂ ਅਤੇ ਮੇਰੇ ਨੌਜਵਾਨ ਸਾਥੀ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਦੇਣ ਦੇ ਲਈ ਅੱਜ ਇੱਕ ਪਲੇਟਫਾਰਮ 'ਤੇ ਇਕੱਠੇ ਹੋਏ ਨੇ। ਸਭ ਤੋਂ ਪਹਿਲਾਂ ਮੈਂ ਉਰੇ ਦੇ ਉਹ ਬੱਬਰ ਸ਼ੇਰ ਜਿਨ੍ਹਾਂ ਨੂੰ ਲਗਾਤਾਰ ਇਹ ਵਾਰਡ ਵਾਸੀ ਆਪਣਾ ਨੁਮਾਇੰਦਾ ਬਤੌਰ MC ਚੁਣ ਕੇ ਭੇਜਦੇ ਨੇ, ਅੱਜ ਉਹ ਸਾਡੇ ਨਗਰ ਕੌਂਸਲ ਧੂਰੀ ਦੀ ਪ੍ਰਧਾਨਗੀ ਕਰਦੇ ਨੇ। ਮੈਂ ਉੱਥੇ ਸਮੁੱਚੇ ਸ਼ਿਵਪੁਰੀ ਮਹੱਲਾ ਵਾਸੀਆਂ ਦਾ, ਸਮੁੱਚੇ ਵੋਟਰਾਂ ਦਾ, ਸਮੁੱਚੀ ਕਾਂਗਰਸ ਪਾਰਟੀ ਵੱਲੋਂ ਜਿੱਥੇ ਧੰਨਵਾਦ ਕਰਦਾ ਅਤੇ ਉੱਥੇ ਨੂੰ ਮੁਬਾਰਕਬਾਦ ਦਿੰਦਾ। ਇਹ ਉਹ ਇਤਿਹਾਸਿਕ ਸਥਾਨ ਹੈ ਕਿਉਂਕਿ ਮੈਂ ਜਦੋਂ ਵੀ ਇੱਥੇ ਆ ਕੇ ਇਸ ਚੌਂਕ ਦੇ ਵਿੱਚ ਰੈਲੀ ਕਰਦਾ, ਕਿਉਂਕਿ ਮੇਰੇ ਖੱਬੇ ਪਾਸੇ ਸ਼ੰਕਰ ਭਗਵਾਨ ਜੀ ਦਾ ਮੰਦਿਰ ਹੈ, ਜਿੱਥੇ ਦੇ ਇਹ ਵਾਸੀ ਬੜੇ ਧਾਰਮਿਕ ਵਿਰਤੀ ਦੇ ਲੋਕ ਨੇ, ਜਿੱਥੇ ਆਸ਼ੀਰਵਾਦ ਦਿੰਦੇ ਨੇ। ਉਹ ਆਸ਼ੀਰਵਾਦ ਦੀ ਬਦੌਲਤ ਉਹ ਕੇਵਲ ਨੁਮਾਇੰਦਗੀ ਨਹੀਂ ਕਰਦਾ, ਉਹਦੀ ਬਹੁਤ ਵੱਡੀ ਮਾਰਜਿਨ ਦੇ ਨਾਲ ਜਿੱਤ ਦਾ ਜਿਹੜਾ ਸ਼ੇਰ ਹੈ ਉਹ ਉਹਨਾਂ ਦੇ ਸਿਰ 'ਤੇ ਲੱਗਦਾ। ਚਾਹੇ 2009 ਦੀ ਵਿਜੇਂਦਰ ਸਿੰਗਲਾ ਦੀ ਇਤਿਹਾਸਿਕ ਰੈਲੀ ਵੀ ਅਸੀਂ ਉਰੇ ਕਰਕੇ ਗਏ ਸੀ, ਚਾਹੇ ਸ਼੍ਰੀ ਅਰਵਿੰਦ ਖੰਨਾ ਦੀ ਇਤਿਹਾਸਿਕ ਰੈਲੀ ਇਸੇ ਚੌਂਕ ਦੇ ਵਿੱਚ ਕਰਕੇ ਗਏ ਸੀ, ਚਾਹੇ ਸਰਦਾਰ ਦਲਵੀਰ ਸਿੰਘ ਗੋਲਡੀ ਦੀ ਇਤਿਹਾਸਿਕ ਰੈਲੀ ਵੀ ਅਸੀਂ ਉਰੇ ਕਰਕੇ ਗਏ ਸੀ। ਇਹ ਕਿਉਂਕਿ ਦਵਾਈ ਬੜੀ ਨਹੀਂ ਹੁੰਦੀ, ਦਵਾਵਾਂ ਬੜੀਆਂ ਹੁੰਦੀਆਂ ਨੇ। ਇਹ ਕੇਵਲ ਲੋਕ ਵੋਟਰ ਨਹੀਂ, ਇਹਨਾਂ ਦਾ ਆਸ਼ੀਰਵਾਦ, ਇਹਨਾਂ ਦਾ ਪਿਆਰ, ਇਹਨਾਂ ਦਾ ਸਤਿਕਾਰ ਜਿਹੜਾ ਹਮੇਸ਼ਾ ਕਾਂਗਰਸ ਪਾਰਟੀ ਦੀ ਝੋਲੀ 'ਚ ਰਿਹਾ। ਅੱਜ ਉਹ ਹੰਗਾਰਾ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਕਾਂਗਰਸ ਪਾਰਟੀ ਨੇ MP ਦਾ ਟਿਕਟ ਦੇ ਕੇ ਲੋਕਾਂ ਦੀ ਕਚਹਿਰੀ 'ਚ ਭੇਜਿਆ। ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜੀ ਇਹ ਸੀਟ ਹੈ ਉਹ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਝੋਲੀ ਦੇ ਵਿੱਚ, ਔਰ ਪੰਜਾਬ ਦੇ ਇਤਿਹਾਸਿਕ 13 ਸੀਟਾਂ ਦੇ ਵਿੱਚੋਂ ਇਤਿਹਾਸਿਕ ਸੀਟ ਹੋਊ, ਜਿੱਥੇ ਜਿਹੜਾ ਅਗਲਾ ਪ੍ਰਧਾਨ ਮੰਤਰੀ ਜਿਹਨੂੰ ਲੋਕ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਦੇਖਣਾ ਚਾਹੁੰਦੇ ਨੇ, ਉਸ ਦੇ ਵਿੱਚ ਧੂਰੀ ਦਾ ਜਿਹੜਾ ਇਤਿਹਾਸ ਹੈ ਉਸ ਦਾ ਪੰਨਾ, ਜਿਹੜਾ ਇਤਿਹਾਸ ਪੰਨਿਆਂ ਦੇ ਵਿੱਚ ਲਿਖਿਆ ਜਾਊ। ਤੁਸੀਂ ਕੰਪੀਟੀਟਰ ਕਿਸ ਨੂੰ ਮੰਨਦੇ ਹੋ? ਆਪਦਾ ਸਾਡਾ ਕੋਈ ਕੰਪੀਟੀਟਰ ਨਹੀਂ ਹੈ, ਕਿਉਂਕਿ ਸਾਡਾ ਏਜੰਡਾ ਹੈ, ਸਾਡਾ ਪ੍ਰੋਗਰਾਮ ਹੈ। ਅਸੀਂ ਆਪਣੇ ਏਜੰਡੇ ਦੇ ਪ੍ਰੋਗਰਾਮ ਦੇ ਤਹਿਤ ਹੀ ਆਪਣਾ 94 ਮੈਨੂਫੈਸਟੋ ਲੈ ਕੇ ਲੋਕਾਂ ਦੀ ਕਚਹਿਰੀ 'ਚ ਉਤਰਦੇ ਹਾਂ। ਅਸੀਂ ਬਹੁਤ ਹਿੰਦੁਸਤਾਨ ਦਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਜੇ ਮਜ਼ਬੂਤ ਲੋਕਤੰਤਰ ਹੈ ਤਾਂ ਹਿੰਦੁਸਤਾਨ ਦਾ ਲੋਕਤੰਤਰ ਹੈ। ਪਿਛਲੇ ਲੰਬੇ ਸਮਿਆਂ ਦੇ ਵਿੱਚ ਤੁਸੀਂ ਇਤਿਹਾਸ ਦੇਖਿਆ ਅਕਾਲੀ ਭਾਜਪਾ ਦੀ ਸਰਕਾਰ ਦਾ, ਜਿਨ੍ਹਾਂ ਨੇ ਭਾਈ ਨੂੰ ਭਾਈ ਦੇ ਨਾਮ 'ਤੇ ਲੜਾ ਕੇ, ਪੰਥਕ ਦੇ ਨਾਮ ਦੇ ਉੱਤੇ, ਧਰਮ ਦੇ ਨਾਮ 'ਤੇ ਵੰਡੀਆਂ ਪਾ ਕੇ ਘਰਾਂ ਦੇ ਵਿੱਚ ਜੋ ਦੁਬਾਰਾ ਖੜੀਆਂ ਕੀਤੀਆਂ ਨੇ, ਅਸੀਂ ਉਸ ਦਾ ਡਟ ਕੇ ਮੁਕਾਬਲਾ ਕਰਦੇ ਹਾਂ। ਲੋਕਾਂ ਨੇ ਵੀ ਫੈਸਲਾ ਕੀਤਾ ਕਿ ਅਸੀਂ ਭਾਈ ਨੂੰ ਭਾਈ ਦੇ ਨਾਲ ਦਲਵੱਕੜੀ ਵਰਗਾ ਪਿਆਰ ਕਰਦੇ ਹੋਏ ਪੰਜਾਬ ਦੀਆਂ ਜਿਹੜੀਆਂ ਇਤਿਹਾਸਿਕ 13 ਸੀਟਾਂ ਨੇ ਉਹ 13 ਦੀਆਂ 13 ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਵਾਂਗੇ। ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ,
ਡੇ ਬਾਈ ਡੇ ਲੋਕਾਂ ਦਾ ਪਿਆਰ ਢਿੱਲੋਂ ਪ੍ਰਤੀ ਵੱਧਦਾ ਜਾ ਰਿਹਾ। ਅਸੀਂ ਡੇਲੀ ਸੰਗਰੂਰ ਨੂੰ ਕਵਰ ਕਰ ਰਹੇ ਹਾਂ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹਰ ਰੋਜ਼ ਲੋਕਾਂ ਦਾ ਯਾਨੀ ਮਾਹੌਲ ਚੇਂਜ ਹੋ ਰਿਹਾ। ਜੋ ਢਿੱਲੋਂ ਸਾਹਿਬ ਜਿੱਤਣਗੇ ਤਾਂ ਉਹਨਾਂ ਦਾ ਮੇਨ ਮੋਟਿਵ ਕਿਸ ਚੀਜ਼ 'ਤੇ ਹੋਏਗਾ? ਡਿਵੈਲਪਮੈਂਟ, ਐਜੂਕੇਸ਼ਨ, ਸਪੈਸ਼ਲੀ ਲੋਕਾਂ ਦੇ ਰੁਜ਼ਗਾਰ ਲਈ, ਕੋਈ ਫੈਕਟਰੀ, ਕੋਈ ਹੋਰ ਜੋ ਵੀ ਰੁਜ਼ਗਾਰ ਲੋਕਾਂ ਨੂੰ ਮਿਲ ਸਕੇ ਮੇਨ ਇਹਨਾਂ 'ਤੇ। ਤੁਸੀਂ ਇੱਕ NRI ਹੋਣ ਦੇ ਨਾਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਢਿੱਲੋਂ ਜੀ ਪ੍ਰਤੀ ਕੰਪੇਨ ਨੂੰ ਕਿਵੇਂ ਕਰ ਰਹੇ ਹੋ? ਅਸੀਂ ਤਾਂ ਇਹੀ ਸੰਦੇਸ਼ ਦੇਣਾ, ਸਪੈਸ਼ਲ ਆਏ ਹਾਂ ਅਮੈਰੀਕਾ ਤੋਂ ਚੱਲ ਕੇ, ਇੰਗਲੈਂਡ ਤੋਂ, ਕਨੇਡਾ ਤੋਂ, ਦੂਜੇ ਕੰਟਰੀਆਂ ਤੋਂ ਆਏ ਹਾਂ, ਆਮ ਪਾਰਟੀ ਤੋਂ। ਓਕੇ, ਪੈਸੇ ਲੈ ਕੇ ਖਰਾਬ ਕੀਤਾ ਸਾਰਾ ਕੁਛ। ਓਕੇ, ਲੋਕਾਂ ਨੂੰ ਗੁੰਮਰਾਹ ਕਰਕੇ ਭਗਵੰਤ ਮਾਨ ਬਣਿਆ। ਅੱਜ ਲੋਕਾਂ ਨੂੰ ਦੱਸਣੇ ਆਏ ਹਾਂ ਬਈ ਅਸੀਂ ਧੁੱਪ ਦੇ ਵਿੱਚ 15-20 ਦਿਨ ਇਹ ਇਸ ਤਰ੍ਹਾਂ ਚੱਲਣਾ ਹੈਗਾ ਵੀ ਕੋਈ ਤੁਹਾਨੂੰ ਪਿਆਰ ਆ ਪੰਜਾਬ ਦੇ ਨਾਲ, ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹਨਾਂ ਦੇ ਲੋਕਾਂ ਤੋਂ ਚੁਟਕਲਿਆਂ ਤੋਂ ਬਚੋ। ਕਮੇਡੀਅਨ ਕਰ ਰਹੇ ਹਾਂ, ਲੋਕਾਂ ਨੂੰ ਬੁੱਧੂ ਬਣਾ ਰਹੇ ਹਾਂ, ਸੇਮ ਸਿੰਘ ਢੀਂਡਸੇ ਦੇ ਬਾਰੇ ਦੱਸ ਰਹੇ ਹਾਂ, ਬਸ ਰੋਕ ਰਹੇ ਰੋਕ ਲਾ ਬਸ ਬਈ ਸਾਹਿਬ ਬਾਰੇ ਵੀ ਕੋਈ ਵਫਾਦਾਰੀ ਨਹੀਂ ਦਿਖਾਈ, ਕਿੰਨਾ ਬੁਰਾ ਹਾਲ ਹੋਇਆ, ਸ਼ਹੀਦ ਹੋਏ ਆ, ਇਹਨਾਂ ਨੂੰ ਕੋਈ ਇਤਰਾਜ਼ ਨਹੀਂ। ਵੱਡਾ ਢੀਂਡਸਾ ਸ਼ਰਮ ਦਾ ਮਾਰਾ ਉਹਦਾ ਪਾਸੇ ਹਟ ਗਿਆ, ਪਰ ਉਹਦੇ ਬੇਟੇ ਨੇ ਕੰਟੀਨਿਊ ਉਹ ਬਾਲਾਂ ਥੱਲੇ ਜਾ ਕੇ ਧਰਮ ਦੀ ਨਾ ਪਰਵਾਹ ਕਰਦੇ ਹੋਏ, ਦੇਖੋ ਜੀ ਧਰਮ ਬਹੁਤ ਵੱਡੀ ਚੀਜ਼ ਆ, ਰੋਕ ਲਓ ਯਾਰ। ਮੰਤਰੀ ਪੁੰਨ ਜਾਂ ਉਹਦੇ ਆ ਜਿਹੜੇ ਆਉਂਦੇ ਵਾਹਿਗੁਰੂ ਦੀ ਕਿਰਪਾ ਹੋਵੇ, ਜਿਹਦਾ ਪਤਾ ਨਹੀਂ ਕਦੋਂ ਰਾਜਾ ਬਣਾਉਂਦੇ ਕਦੋਂ ਭਖਾਰੀ ਬਣਾਉਂਦੇ। ਜਿਹੜਾ ਤੁਸੀਂ ਆਪਦੇ ਧਰਮ ਦੇ ਉੱਤੇ ਵੋਟਾਂ ਮੰਗੀਆਂ, ਅਕਾਲੀ ਦਲ ਬਣਾਇਆ ਸਿਰਫ ਧਰਮ ਦੇ ਉੱਤੇ, ਉਹ ਧਰਮ ਦਾ ਸਾਡਾ ਗੁਰੂ ਕਿਸਾਨ ਸੜਕਾਂ 'ਚ ਰੋ ਰਿਹਾ, ਬੇਅਦਬੀ ਹੋ ਰਹੀ ਹੈ, ਅਤੇ ਦੋਸ਼ੀਆਂ ਨੂੰ ਪੜ ਰਿਹਾ, ਮੁੰਡੇ ਸ਼ਹੀਦ ਹੋ ਰਹੇ ਆ, ਇੱਦਾਂ ਨਾਲ ਸ਼ਰਮ ਦੀ ਗੱਲ ਹੈ ਢੀਂਡਸਾ ਪਰਿਵਾਰ ਵਾਸਤੇ। ਇਹਨਾਂ ਨੂੰ ਵੀ ਛੱਡ ਦੇਣਾ ਚਾਹੀਦਾ ਸੀ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਨੇ ਛੱਡਿਆ। ਹੁਣ ਲੋਕਾਂ ਅੱਗੇ ਅਪੀਲ ਹੈ, ਦੋਨੇ ਬੰਦੇ ਬਹੁਤ ਗਲਤ ਹੈ, ਭਗਵੰਤ ਮਾਨ ਨੇ ਕੀਤਾ ਕੁਛ ਨਹੀਂ, ਸਾਡੇ ਲੋਕਾਂ ਦੇ ਬਾਹਰ ਲੈ ਜਾਂਦੇ NRI ਦੇ ਪੈਸੇ, ਇੱਥੋਂ ਦੇ ਲੋਕਾਂ ਦੀਆਂ ਵੋਟਾਂ, ਵਿਸ਼ਵਾਸਘਾਤ ਕੀਤਾ ਨੇ, ਇਕੱਲੇ ਇਕੱਲੇ ਬੰਦੇ ਨੂੰ ਤੋੜਤਾ, ਪਾਰਟੀ ਦਾ ਬਿਲਕੁਲ ਸੱਤਿਆਨਾਸ਼ ਕਰਤਾ ਇੱਕ ਬੰਦੇ ਨੇ, ਸਿਰਫ ਭਗਵੰਤ ਮਾਨ ਨੇ। ਇਸ ਦਾ ਕਾਰਨ ਅਸੀਂ ਸੰਗਰੂਰ ਦੇ ਵਿੱਚ ਟਾਈਮ ਦੇ ਰਹੇ ਹਾਂ, ਲੋਕਾਂ ਨੂੰ ਪਲੀਜ਼ ਇਹਨੂੰ ਸਖ਼ਤ ਸਿਖਾਇਆ ਜਾਵੇ, ਇਹਨੂੰ ਬਾਹਰ ਕੀਤਾ ਜਾਵੇ, ਅਸੀਂ ਰੈਜੂਲੇਸ਼ਨ ਚਾਹੁੰਦੇ ਹਾਂ ਵੀ ਚੇਂਜ ਆਵੇ, ਕਰਪਸ਼ਨ ਘਟੇ, ਡਰੱਗਸ ਨਾ ਹੋਵੇ, ਵਧੀਆ ਮਾਹੌਲ ਪੰਜਾਬ 'ਚ ਹੋਵੇ। ਪਰ ਇਹ ਨਹੀਂ ਗਾ ਹੁਣ ਇੰਨਾ ਕੁਛ ਢਿੰਡਸਾ ਤੋਂ ਬਚੋ, ਇਹਦੋਂ ਬਚੋ, ਔਰ ਤੁਹਾਡੇ ਕੋਲ ਸੁਲਝਿਆ ਹੋਇਆ ਬੰਦਾ ਕੇਵਲ ਸਿੰਘ ਢਿੱਲੋਂ ਜਿਹਦੇ RRD ਕੰਮ ਬੋਲਦੇ ਆ ਬਰਨਾਲਾ ਜ਼ਿਲ੍ਹੇ 'ਚ ਕੀਤੇ ਹੋਏ, ਉਹਨੂੰ ਤੁਸੀਂ ਰੋਕਦੇ।